ਇਹ ਸਾਡੇ ਤੇ ਦਬਾਅ ਪਾ ਰਿਹਾ ਸੀਗਾ ਜੀ ਵੀ ਮੈਂ ਤੁਹਾਡੇ ਤੇ ਪਰਚਾ ਕਰ ਦੇਣਾ ਹੈ ਉਹਦੇ ਏਵਜ ਦੇ ਵਿੱਚ ਇਹ 5000 ਰੁਪਏ ਮੰਗ विजिलेंस ब्यूरो ने थाना सिटी नकोदर में तैनात एएसआई अमीर सिंह को 5000 रुपए रिश्वत लेते हुए रंगे हाथ गिरफ्तार कर लिया है। बहू और ससुरालियों में चल रहे घरेलू विवाद के राजीनामे को मंजूरी देकर शिकायत दाखिल दफ्तर करने के बदले उसने रिश्वत की मांग की थी। शिकायत मिलने के बाद विजिलेंस ने ट्रैप लगाकर उसे रंगे हाथों गिरफ्तार कर लिया है। नकोदर से टोनी सिंह की रिपोर्ट। ਇਹ ਸਾਡੇ ਤੇ ਦਬਾਅ ਪਾ ਰਿਹਾ ਸੀਗਾ ਜੀ ਵੀ ਮੈਂ ਤੁਹਾਡੇ ਤੇ ਪਰਚਾ ਕਰ ਦੇਣਾ ਹੈ ਉਹਦੇ ਏਵਜ ਦੇ ਵਿੱਚ ਇਹ 5000 ਰੁਪਇਆ ਮੰਗ ਰਿਹਾ ਸੀ ਜਦ ਕਿ ਸਾਡਾ ਉਹਨਾਂ ਰਾਜੀਨਾਮਾ ਹੋ ਗਿਆ ਆ ਅਸੀਂ ਕੁੜੀ ਨੂੰ ਲੈਣ ਆਉਣ ਲੱਗੇ ਸੀਗੇ ਇਹ ਕਹਿੰਦਾ ਮੈਂ ਕੁੜੀ ਨੂੰ ਤਾਂ ਤੋਰਨਾ ਜੇ ਮੈਨੂੰ ਤੁਸੀਂ 5000 ਰੁਪਇਆ ਦਿਓਗੇ ਸੋ ਮੈਂ ਐਸਐਸਪੀ ਸਾਹਿਬ ਵਿਜੀਲੈਂਸ ਨੂੰ ਕੰਪਲੇਂਟ ਕੀਤੀ ਆ ਤੋ ਅੱਜ ਇਹਨੂੰ ਫੜ ਲਿਆ ਗਿਆ ਮਾਮਲਾ ਇਹ ਆ ਵੀ ਇੱਕ ਦਰਖਾਸਤ ਹੈ ਪੂਜਾ ਗਿੱਲ ਵੱਲੋਂ ਆਪਣੇ ਹਸਬੰਡ ਦੇ ਆਪਣੀ ਸੱਸ ਦੇ ਤੇ ਆਪਣੇ ਦਿਓਰ ਦੇ ਖਿਲਾਫ ਉਹਦੇ ਚ ਐਲੀਗੇਸ਼ਨ ਆ ਵੀ ਦੌਰੀ ਡਿਮਾਂਡ ਆ ਤੇ ਡੋਮੈਸਟਿਕ ਵਾਇਲੈਂਸ ਤੇ ਉਸ ਦਰਖਾਸਤ ਦਾ ਰਾਜੀਨਾਮਾ ਕਰਾਇਆ ਉਹ ਮਾਰਕ ਸੀ ਜੀ ਐਸ ਆਈ ਅਮੀਰ ਸਿੰਘ ਨੂੰ ਥਾਣਾ ਸਿਟੀ ਆਈਓ ਹੈ ਥਾਣਾ ਸਿਟੀ ਨੂੰ ਪੇਪਰ ਉਹਨਾਂ ਨੇ ਰਾਜੀਨਾਮਾ ਕਰਾਤਾ ਰਾਜੀਨਾਮਾ ਕਰਾਉਣ ਤੋਂ ਬਾਅਦ ਕੁੜੀ ਨੂੰ ਤੋੜਨਾ ਸੀ ਦਰਖਾਸਤ ਨੂੰ ਦਾਖਲ ਦਫ਼ਤਰ ਕਰਨਾ ਸੀ ਕੁੜੀ ਨੂੰ ਤੋੜ ਨਾਲ ਤੋੜਨਾ ਸੀ ਅਤੇ ਉਹਦੇ ਬਦਲੇ 5000 ਦੀ ਡਿਮਾਂਡ ਸੀ ਜੋ ਇਹਨਾਂ ਨੇ ਅੱਜ ਐਕਸੈਪਟ ਕੀਤੀ ਹੈ ਅਤੇ ਰੰਗੇ ਹੱਥੀਂ ਨਾਲ ਅਰੈਸਟ ਕਰ ਤਫਤੀਸ਼ ਜਿਹੜੀ ਆ ਉਹ ਚੱਲ ਅਤੇ ਸਰ ਹੋਰ ਵੀ ਇਹਨਾਂ ਕੋਲ ਕੁਛ ਬਰਾਮਦ ਹੋਇਆ ਅਜੇ ਅਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਅੱਗੇ ਇਨਵੈਸਟੀਗੇਸ਼ਨ ਚੱਲਦੀ ਆ ਜਿੱਦਾਂ ਦੀ ਸੂਰਤ ਹੋਏਗੀ ਉੱਦਾਂ ਦੀ ਕਾਰਵਾਈ ਹੋਏਗੀ ਅਤੇ ਸਰ ਕੰਪਲੇਂਟ ਕਿਹਦੇ ਵੱਲੋਂ ਸੀਗੀ ਕੰਪਲੇਂਟ ਮਿਸਟਰ ਸੰਦੀਪ ਸਿੰਘ ਠੀਕ ਹੈ ਸੰਦੀਪ ਕੁਮਾਰ ਸਰ ਉਹਨਾਂ ਨੇ ਕੀ ਕੰਪਲੇਂਟ ਕੀਤੀ ਸੀ ਤੂੰ ਸਾਡੇ ਤੋਂ ਡਿਮਾਂਡ ਕਰਦਾ ਠੀਕ ਠੀਕ ਹੈ ਸੀਗਾ ਅਤੇ ਇਹ ਸਾਡੇ 'ਤੇ ਦਬਾਅ ਪਾ ਰਿਹਾ ਸੀਗਾ ਜੀ ਵੀ ਮੈਂ ਤੁਹਾਡੇ 'ਤੇ ਪਰਚਾ ਕਰ ਦੇਣਾ ਹੈ ਉਹਦੇ ਏਵਜ ਦੇ ਵਿੱਚ ਇਹ 5000 ਰੁਪਇਆ विजिलेंस ब्यूरो ने थाना सिटी नकोदर में तैनात एएसआई अमीर सिंह को 5000 रुपए रिश्वत लेते हुए रंगे हाथ गिरफ्तार कर लिया है। बहू और ससुरालियों में चल रहे घरेलू विवाद के राजीनामे को मंजूरी देकर शिकायत दाखिल दफ्तर करने के बदले उसने रिश्वत की मांग की थी। शिकायत मिलने के बाद विजिलेंस ने ट्रैप लगाकर उसे रंगे हाथों गिरफ्तार कर लिया है। नकोदर से टोनी सिंह की रिपोर्ट। ਸੀਗਾ ਇਹ ਸਾਡੇ ਤੇ ਦਬਾਅ ਪਾ ਰਿਹਾ ਸੀਗਾ ਜੀ ਵੀ ਮੈਂ ਤੁਹਾਡੇ ਤੇ ਪਰਚਾ ਕਰ ਦੇਣਾ ਹੈ ਉਹਦੇ ਏਵਜ ਦੇ ਵਿੱਚ ਇਹ 5000 ਰੁਪਇਆ ਮੰਗ ਰਿਹਾ ਸੀ ਜਦ ਕਿ ਸਾਡਾ ਉਹਨਾਂ ਰਾਜੀਨਾਮਾ ਹੋ ਗਿਆ ਆ ਅਸੀਂ ਕੁੜੀ ਨੂੰ ਲੈਣ ਆਉਣ ਲੱਗੇ ਸੀਗੇ ਇਹ ਕਹਿੰਦਾ ਮੈਂ ਕੁੜੀ ਨੂੰ ਤਾਂ ਤੋਰਨਾ ਜੇ ਮੈਨੂੰ ਤੁਸੀਂ 5000 ਰੁਪਇਆ ਦਿਓਗੇ ਸੋ ਮੈਂ ਐਸਐਸਪੀ ਸਾਹਿਬ ਵਿਜੀਲੈਂਸ ਨੂੰ ਕੰਪਲੇਂਟ ਕੀਤੀ ਆ ਤੋ ਅੱਜ ਇਹਨੂੰ ਫੜ ਲਿਆ ਗਿਆ ਮਾਮਲਾ ਇਹ ਆ ਵੀ ਇੱਕ ਦਰਖਾਸਤ ਹੈ ਪੂਜਾ ਗਿੱਲ ਵੱਲੋਂ ਆਪਣੇ ਹਸਬੰਡ ਦੇ ਆਪਣੀ ਸੱਸ ਦੇ ਅਤੇ ਆਪਣੇ ਦਿਓਰ ਦੇ ਖਿਲਾਫ ਉਹਦੇ 'ਚ ਐਲੀਗੇਸ਼ਨ ਆ ਵੀ ਦੌਰੀ ਡਿਮਾਂਡ ਆ ਅਤੇ ਡੋਮੈਸਟਿਕ ਵਾਇਲੈਂਸ ਅਤੇ ਉਸ ਦਰਖਾਸਤ ਦਾ ਰਾਜੀਨਾਮਾ ਕਰਾਇਆ ਉਹ ਮਾਰਕ ਸੀ ਜੀ ਐਸ ਆਈ ਅਮੀਰ ਸਿੰਘ ਨੂੰ ਥਾਣਾ ਸਿਟੀ ਆਈਓ ਹੈ ਥਾਣਾ ਸਿਟੀ ਨੂੰ ਪੇਪਰ ਉਹਨਾਂ ਨੇ ਰਾਜੀਨਾਮਾ ਕਰਾਤਾ ਰਾਜੀਨਾਮਾ ਕਰਾਉਣ ਤੋਂ ਬਾਅਦ ਕੁੜੀ ਨੂੰ ਤੋੜਨਾ ਸੀ ਦਰਖਾਸਤ ਨੂੰ ਦਾਖਲ ਦਫ਼ਤਰ ਕਰਨਾ ਸੀ ਕੁੜੀ ਨੂੰ ਤੋੜ ਨਾਲ ਤੋੜਨਾ ਸੀ ਅਤੇ ਉਹਦੇ ਬਦਲੇ 5000 ਦੀ ਡਿਮਾਂਡ ਸੀ ਜੋ ਇਹਨਾਂ ਨੇ ਅੱਜ ਐਕਸੈਪਟ ਕੀਤੀ ਹੈ ਅਤੇ ਰੰਗੇ ਹੱਥੀਂ ਨਾਲ ਅਰੈਸਟ ਕਰ ਤਫਤੀਸ਼ ਜਿਹੜੀ ਆ ਉਹ ਚੱਲ ਅਤੇ ਸਰ ਹੋਰ ਵੀ ਇਹਨਾਂ ਕੋਲ ਕੁਛ ਬਰਾਮਦ ਹੋਇਆ ਅਜੇ ਅਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਅੱਗੇ ਇਨਵੈਸਟੀਗੇਸ਼ਨ ਚੱਲਦੀ ਆ ਜਿੱਦਾਂ ਦੀ ਸੂਰਤ ਹੋਏਗੀ ਉੱਦਾਂ ਦੀ ਕਾਰਵਾਈ ਹੋਏਗੀ ਅਤੇ ਸਰ ਕੰਪਲੇਂਟ ਕਿਹਦੇ ਵੱਲੋਂ ਸੀਗੀ ਕੰਪਲੇਂਟ ਮਿਸਟਰ ਸੰਦੀਪ ਸਿੰਘ ਠੀਕ ਹੈ ਸੰਦੀਪ ਕੁਮਾਰ ਸਰ ਉਹਨਾਂ ਨੇ ਕੀ ਕੰਪਲੇਂਟ ਕੀਤੀ ਸੀ ਤੂੰ ਸਾਡੇ ਤੋਂ ਡਿਮਾਂਡ ਕਰਦਾ ਠੀਕ ਠੀਕ ਹੈ ਹੋ ਗਿਆ ਜੀ